અને રોન લાગ જના પહેલે કે મે નાલ જાના ફિર એક દિન કેંદા હુન મે વડ્ડા હો ગયા હુન ની મે કેંદા મેનુ ચક લો એ ચીજ સબસે બઢિયા ચીજ હે અસી સોંડે હોંડે થી વો મે રાત કો કરને લગ ગયા મુજે લગા સુબહ હો ગઈ સ્કૂલ જાના ફટાફટ બ્રશ કરો નાહ દો ચલો ઓસ તો અગલે દિન રોયા ની મે માર દી કટ સી મે કહેવા આ લાવાંગી એ ટકદા ની સીગા ચિમટા ભી લગા કે હેલો એવરીવન વેલકમ બેક ટુ ઓર ચેનલ સ્વાગત હૈ આપકા અમારી નઈ વિડિયો મે તો આજ કી વિડિયો મે મમ્મી ખોલને વાલી હે મેરે પોલ પોલ કા મતલબ આપકો બતાને વાલે હે કે મે મચપણ મે કેસા થા ક્યા કરતા થા મેરે बचपन की कहानियाँ बचपन की मेरी मार धाड़ जो भी थी मेरी पढ़ाई लिखाई कलेश, रोले, रप्पे, सब कुछ तो मम्मी आपको बताएंगे डिटेल में मेरी बचपन की एक से एक चमचमाती धुंधनाती कहानियां तो मम्मी पहली कहानी आप क्या सुनाओगे पहले दस में पंजाबी बोलना की हिंदी जो बोलते हो वही बोलो आप हिंदी तो मत ही बोलो हिंदी तो मत ही बोलो ਅਨ ਐਂਡ ਇਹ ਸਰ 3 ਸਾਲ 4 ਸਾਲ ਦਾ ਸੀ ਉਦੋਂ ਦੀ ਗੱਲ ਦੱਸਾਂ ਨੀ ਜਦੋਂ ਅਸੀਂ ਮਾਰਕੀਟ ਜਾਣਾ ਐਨੇ ਰੋਣ ਲੱਗ ਜਣਾ ਪਹਿਲੇ ਕਿ ਮੈਂ ਨਾਲ ਜਾਣਾ ਨਾਲ ਜਾਣਾ ਨਾਲ ਜਾਣਾ ਐਨੋਸੀ ਕਿਉਂ ਨਹੀਂ ਲੈ ਕੇ ਜਾਂਦੇ ਸੀ ਕਿਉਂਕਿ ਇਹ ਇੱਥੋਂ ਕਰੋ ਤਾਂ ਚੱਲ ਪੈਂਦਾ ਰਸਤੇ ਜਾ ਕੇ ਕਹਿੰਦਾ ਮੈਨੂੰ ਚੱਕ ਲਓ ਰਸਤੇ 'ਚ ਮੈਨੂੰ ਚੱਕ ਲਓ ਅੱਛਾ ਹੁਣ ਇੰਨਾ ਪਾਰਾ ਮੋਟਾ-ਮੋਟਾ ਹੁੰਦਾ ਸੀ ਚੱਕਣ ਲੱਗੇ ਤਾਂ ਇੰਨਾ ਵਜ਼ਨ ਲੱਗੇ ਆਂਦੀ ਵਾਕੀ ਫੇਰਾਂ ਦੇ ਰੀ 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 ਮੈਨੂੰ ਚੱਕ ਲਓ ਮੈਨੂੰ ਚੱਕ ਲਓ ਫੇਰ ਅਸੀਂ ਕੀ ਕੀਤਾ ਅਸੀਂ ਅਸੀਂ ਇਹਨੂੰ ਲਜਾਣਾ ਬੰਦ ਕਰਤਾ ਫੇਰ ਇੱਕ ਦਿਨ ਕਹਿੰਦਾ ਹੁਣ ਮੈਂ ਵੱਡਾ ਹੋ ਗਿਆ ਹੁਣ ਨਹੀਂ ਮੈਂ ਕਹਿੰਦਾ ਮੈਨੂੰ ਚੱਕ ਲਓ ਅਸੀਂ ਕਹਾਂ ਚਲ ਠੀਕ ਏ ਚੱਲਗੇ ਚੱਲੇਗੇ ਅਸੀਂ ਕਿਆ ਸਿਆਣਾ ਹੋ ਗਿਆ ਵਾਕਈ ਇਹਨ ਸਾਰੇ ਰਸਤੇ ਨਹੀਂ ਬੋਲਿਆ ਕੀ ਮੈਨੂੰ ਚੱਕ ਲਓ ਜਦੋਂ ਆਣ ਲੱਗੇ ਨਾ ਆਣ ਲੱਗੇ ਪੈ ਗਿਆ ਉੱਥੇ ਲੰਬਾ ਬੈਣ ਨੂੰ ਚੱਕੋ ਮੈਂ ਕਿਹਾ ਅੱਜ ਫਿਰ ਮੈਂ ਵੀ ਤੈਨੂੰ ਵਿਖਾਨੀ ਐ ਤੇਰੀ ਮਾਂ ਕੌਣ ਐ ਫਿਰ ਅਸੀਂ ਕੀ ਕੀਤਾ ਅਸੀਂ ਚਲਦੇ ਆਏ ਚਲਦੇ ਇੱਕੜੀਸ-ਕੜੀਸ ਕੇ ਨੂ ਬਾਹ ਫੜ ਕੇ ਜਦੋਂ ਮਾਰ ਕੇ ਕਰਦੇ ਕੋਨੇ ਤੇ ਆ ਗਏ ਨਾ ਉਦੋਂ ਅਸੀਂ ਇਹਨੂੰ ਲਟਾਤਾ ਇਹ ਲੰਬਾ ਲੇਟ ਗਿਆ ਇੰਨ ਕਰਕੇ ਮੈਂ ਕਿਹਾ ਲਿਟਿਆ ਰਾਜਤਾ ਤੂੰ ਤੈਨੂੰ ਚੱਕ ਕੇ ਲੈ ਜਾਂਦਾ ਹੀ ਨਹੀਂ ਅਸੀਂ ਅਸੀਂ ਪਈ ਕਰੇ ਆ ਗਏ ਸਾਡੀ ਗਲੀ ਦੀ ਇੱਕ ਲੇਡੀ ਉਧਰੋਂ ਆਂਦੀ ਪਈ ਕਹਿੰਦੀ ਉਹ ਤੇਰਾ ਮੁੰਡਾ ਨਹੀਂ ਲਟਿਆ ਪਿਆ ਉਥੇ ਮੈਂ ਕਿਹਾ ਲਟਿਆ ਜਾਂਦੇ ਨੂੰ ਉੱਥੇ ਹੀ ਅੱਜ 5 ਮਿੰਟ ਬਾਅਦ ਆ ਗਿਆ ਵਾਪਸ ਆ ਗਿਆ

ਉਹ ਵੀ ਆਪਣੀ ਜਿੱਤ ਛੋੜ ਦੇਣਗੇ। ਹੋਰ ਹੋਰ ਸੁਣਾਓ ਕੋਈ ਕਿੱਸਾ ਮੇਰਾ ਬੜੀ ਐਸਾ। ਹੋ ਕਿੱਸਾ ਇਹ ਹੈ ਜਦੋਂ ਥੋੜਾ ਜਿਹਾ ਹੋ ਗਿਆ 6-7 ਸਾਲ ਦਾ। ਉਦੋਂ ਦੀ ਇਹ ਆਦਤ ਸੀ ਕਿ ਇਹ ਕਿਸੇ ਦੇ ਕੋਈ ਕੁਝ ਕਰਦੇ ਪਏ ਨਾ ਉਹਦੇ ਚ ਪੰਗਾ ਪਵਾ ਦਿੰਦਾ ਸੀ। ਆਪ ਬਾਹਰ ਜਾਂਦਾ ਸੀ ਕਿ ਮੇਰਾ ਤਾਂ ਕੋਈ ਨਾਮ ਹੈ ਹੀ ਨਹੀਂ ਵਿੱਚ। ਗੱਲ ਕਿਵੇਂ ਸੀ ਅਸੀਂ ਦੁੱਧ ਲੈਣ ਗਏ। ਐਨ ਦੀ ਪੂਆ ਦੀ ਕੁੜੀ ਨਾਲ ਸੀ ਉਹਦਾ ਨਾਮ ਸੀ ਕੰਚੂ। ਅਸੀਂ ਤਿੰਨੋ ਜਣੇ ਦੁੱਧ ਲੈਣ ਵਾਸਤੇ ਗਏ। ਉੱਥੇ ਅਜੇ ਦੁੱਧ ਕੱਢਿਆ ਨਹੀਂ ਸੀ ਉਹਨਾਂ ਨੇ। ਤੇ ਅਸੀਂ ਬੈਠ ਗਏ ਉੱਥੇ ਉੱਥੇ ਇੱਕ ਬਿੱਲੀ ਆਈ ਤੇ ਕਹਿੰਦਾ ਕੰਚੂ ਐਸ ਬਿੱਲੀ ਦੀ ਮੁੱਛ ਦਾ ਵਾਲ ਪਟਕਿਆ ਉਹ ਵਿਚਾਰੀ ਮੇਰੇ ਮੂੰਹ ਬੱਲੇ ਵੇਖੇ ਅੰਦੇ ਮੂੰਹ ਬੱਲੇ ਵੇਖੇ ਵੀ ਬਿੱਲੀ ਦੇ ਮੁੱਛ ਦਾ ਵਾਲ ਮੈਂ ਕਿਵੇਂ ਪਟਾ ਐਵੇਂ ਪੰਗੇ ਪਵਾਉਂਦਾ ਸੀ ਮਤਲਬ ਮੈਂ ਕੁਝ ਕਰਤਾ ਨਹੀਂ ਸੀ ਮੈਂ ਰਹਿ ਤਾ ਸਾਈਡ ਤੇ ਸਭੇ ਕਰਵਾਤਾ ਥਾ ਐਸੇ ਕਰੋ ਵੈਸੇ ਕਰੋ ਤੇ ਮੇਰਾ ਨਾਮ ਨਹੀਂ ਆਤਾ ਥਾ ਸਕੂਲ ਦੀ ਮੈਡਮ ਵੀ ਕਹਿੰਦੀ ਸੀ ਸਕੂਲ ਦੀ ਮੈਡਮ ਕਹਿੰਦੀ ਹੁੰਦੀ ਸੀ ਇਹ ਦੂਸਰਿਆਂ ਨੂੰ ਐਵੇਂ ਮੇ ਕਰਵਾ ਦੇਗਾ ਆਪ ਤਾਈਂ ਬੈਜੇਗਾ ਸ਼੍ਰੀਸ਼ ਬਣ ਕੇ ਮੇਰਾ ਤਾਂ ਨਾਮ ਹੈ ਹੀ ਨਹੀਂ ਵਿੱਚ ਮੈਂ ਸ਼ਰੀਫ ਉਹ ਮੈਂ ਫਿਰ ਨੀਂਦ ਮੈਂ ਕੀ ਕਰਦਾ ਸੀ ਹਾਂ ਅਸੀਂ ਸਭ ਤੋਂ ਬੜੀ ਆ ਚੀਜ਼ ਹੈ ਅਸੀਂ ਸੌਂਦੇ ਹੁੰਦੇ ਸੀ ਉੱਪਰ ਤੀਸਰੀ ਮੰਜ਼ਿਲ ਤੇ ਗਰਮੀ ਗਰਮੀ ਸੋ ਉੱਤੇ ਹੀ ਸੌਂਦੇ ਸੀਗੇ ਤੇ ਇਹਨੇ ਕੀ ਕੀਤਾ ਅਸੀਂ ਇਹ ਪਹਿਲੇ ਸੋ ਜਾਂਦਾ ਸੋ ਗਿਆ ਤੇ ਅਸੀਂ ਦੀ ਵੱਡੀ ਸਿਸਟਰ ਮੰਨੂ ਵੀ ਵੱਡਾ ਭਰਾ ਉਹ ਵੀ ਅਸੀਂ ਉੱਪਰ ਜਾਣ ਲੱਗੇ ਤੇ ਇਹਨੂੰ ਉਠਾਇਆ ਵਿਚਲ ਤੇ ਇਹ ਉੱਠ ਗਿਆ ਉੱਠ ਕੇ ਤੇ ਬਾਥਰੂਮ ਚ ਵੱਡ ਗਿਆ ਅਸੀਂ ਕਿਹਾ ਚਲ ਬਾਥਰਮ ਕਰਕੇ ਫਿਰ ਜਾਏਗਾ ਉੱਤੇ ਅਸੀਂ ਖੜੇ ਹੋਗੇ ਮੰंजे ਤਾਂ ਉੱਤੇ ਵਸਾਇਆ ਜਾਂਦੇ ਪਾਪਾ ਪਹਿਲੇ ਤੇ ਜਦੋਂ ਅਸੀਂ ਖੜੇ ਆ ਤੇ ਇਹ ਬਾਥਰਮ ਚੋਂ ਨਿਕਲ ਕੇ ਬਾਹਰ ਆ ਕੇ ਹੱਥ ਧੋ ਕੇ ਬ੍ਰਸ਼ ਚੱਕ ਕੇ ਬ੍ਰਸ਼ ਕਰਨ ਲੱਗ ਗਿਆ ਵੱਡਾ ਤਾਂ ਅਸੇ ਪੂਰਾ ਵੀ ਇਹਨੂੰ ਤੈਨ ਲੱਗੀ ਜਦੋਂ ਸੂਬਾ ਹੋਗੀ ਬ੍ਰਸ਼ ਕਰਕੇ ਤੇ ਬਾਥਰਮ ਚ ਵੜਨ ਲੱਗ ਗਿਆ ਮੈਂ ਕਿਹਾ ਓਏ ਉਹ ਵੱਡਾ ਕਹਿੰਦਾ ਨਹੀਂ ਨਹੀਂ ਮੰਮੀ ਨੂੰ ਨਾ ਵੀ ਲੈਣ ਦੋ फिर मैं आवाज मारी मैं क्या पागल अज तक तो सोना है जाके सोना है फिर बेचारे शर्म जी आई शर्म करता करता उत्ते जाके ना ऐ करके सो गया बस फिर भी मैं था, नहीं मैं तो जान के ब्रश किया मेरा सुबह वाला जो शेड्यूल था ना वो मैं रात को करने गया मुझे लगा सुबह होगी स्कूल जाना फटाफट ब्रश करो नहा दो चलो अच्छा नजदीक वाले स्कूल ਚ ਪੜਦਾ ਸੀ 8 ਵਜੇ ਸਕੂਲ ਲੱਗਣਾ ਮੇਰਾ ਸਕੂਲ ਮੇਰੀ ਗਲੀ ਦੇ ਪਿੱਛੇ ਹੀ ਹੁੰਦਾ 10 ਮਿੰਟ ਪਹਿਲਾਂ ਉੱਠਦਾ 10 ਮਿੰਟ ਵਿੱਚ ਦੋਸਤਾਂ ਨਾਲੋਂ ਵੀ ਪਹਿਲੇ ਪਹੁੰਚ ਜਾਂਦਾ ਸੀ ਇੰਨੀ ਸਪੀਡ ਸੀ ਇੰਨੀ ਜਾਂਦਾ 7:50 'ਤੇ ਉੱਠਦਾ ਦਾ ਔਰ 8 ਵਜੇ ਸੇ ਪਹਿਲੇ ਸਕੂਲ ਹੁੰਦਾ ਔਰ ਐਨੋ ਕਿਹਾ ਕਿ ਤੂੰ ਅਗਰ ਸੈਂਸ ਸਕੂਲ ਪੜਦਾ ਸੀ ਵੱਡਾ ਤੇ ਤੂੰ ਤੂੰ ਵੀ ਉੱਥੇ ਲੱਗ ਜਾ ਕਹਿੰਦਾ ਕੌਣ ਘੰਟਾ ਪਹਿਲੇ ਉਠੇ ਰਿਕਸ਼ੇ ਵਾਲਾ ਤਾਂ ਪਹਿਲੇ ਹੀ ਆ ਜਾਂਦਾ ਉਸ ਟਾਈਮ ਰਿਕਸ਼ੇ ਚੱਲਦੇ ਹੁੰਦੇ ਸੀਗੇ ਰਿਕਸ਼ੇ ਵਾਲਾ ਇੱਕ ਘੰਟਾ ਪਹਿਲੇ ਆ ਜਾਂਦਾ ਕੌਣ ਉਠੇ ਇੱਕ ਘੰਟਾ 10 ਮਿੰਟ ਪਹਿਲਾਂ ਤਿਆਰ ਹੋ ਕੇ ਚੱਲ ਭਈ ਤੇ ਹਾ ਵੀ ਲੇਤਾ ਦਾ ਨਾ ਹਾ ਵੀ ਲੇਤਾ ਰੈਡੀ ਹੋ ਕੇ ਸਭ ਬੜਿਆ ਟਿਚ ਜਦੋਂ ਸਕੂਲ ਚ ਲੱਗਿਆ ਨਰਸਰੀ ਚ ਤੇ ਉਦੋਂ ਜਾਣ ਲੱਗੇ ਕੀ ਕਰਦਾ ਸੀ ਕਰਦਾ ਸੀ ਕਿ ਰਸਤੇ ਤਿਆਰ ਹੋ ਕੇ ਬਿਲਕੁਲ ਇੰਨਾ ਸੋਨਾ ਸ਼ਰੀਫ ਬਣ ਕੇ ਜਾਂਦਾ ਇੰਨਾ ਸੋਨਾ ਸ਼ਰੀਫ ਬਣ ਕੇ ਜਾਂਦਾ ਸਕੂਲ ਆ ਗਿਆ ਸਕੂਲ ਦੇ ਉੱਤੇ ਵੀ ਚੜ ਜਾਂਦਾ ਪਹਿਲੀ ਕਲਾਸ ਆਂਦੀ ਹੁੰਦੀ ਕਲਾਸ ਦੇ ਵਿੱਚ ਵੜਦੇ ਆ ਆਸ਼ੁਰੂ ਹੋ ਜਾਂਦੀ ਇੰਨਾ ਰਹਿੰਦਾ ਇੰਨਾ ਰਹਿੰਦਾ ਕਿ ਮੇਰਾ ਕਮੀਜ਼ ਨਹੀਂ ਛੱਡਦਾ ਸੀ ਕਮੀਜ਼ ਨਹੀਂ ਛੱਡਦਾ ਸੀ ਤੇ ਕਮੀਜ਼ ਨੇ ਮੇਰੇ 2 ਸਾਲਾਂ ਵਿੱਚ ਤਿੰਨ ਕਮੀਜ਼ ਫਾੜੇ ਆ ਨਿਮਰਿ ਸਾਈਡ 'ਤੋਂ ਖਿੱਚ ਲੈਂਦਾ ਸੀ ਐਵੇਂ ਰੱਖ ਕੇ ਫਿਰ ਐਂਦੀ ਨਾਨੀ ਬਿਮਾਰ ਹੋਏ ਉਦੋਂ ਇਹ 5 ਸਾਲ ਦਾ ਸੀ ਬਿਮਾਰ ਕਾਫੀ ਸੀ ਮਤਲਬ ਕਿ ਨਹੀਂ بچਨ ਵਾਲੇ ਸੀ ਮੰਮੀ ਨੇ ਸਮਝਾਇਆ ਕਿ ਬੇਟਾ ਹੁਣ ਮੰਮੀ ਨੇ ਸਾਰਾ ਕੰਮ ਕਰਨਾ ਹੁੰਦਾ ਤੂੰ ਰੋਇਆ ਨਾ ਕਰ ਇਹ ਆਰਾਮ ਨਾਲ ਬੈਠਾ ਉਸ ਤੋਂ ਅਗਲੇ ਦਿਨ ਨੀ ਰੋਇਆ ਨਹੀਂ ਮਤਲਬ ਸਿਆਣਾ ਵੀ ਇੰਨਾ ਸੀ ਕਿ ਮੰਮੀ ਦੀ ਐਸੀ ਗੱਲਾਂ ਨੇ 5 ਸਾਲ ਦੇ ਬੱਚੇ ਨੇ ਪੱਲੇ ਪਾਈ ਕਿ ਉਸ ਤੋਂ ਬਾਅਦ ਇੰਨੀ ਰੋਇਆ ਛੋੜ ਕੇ ਆਂਦੀ ਸੀ ਨਾ ਰਸਤੇ 'ਚ ਮੈਂ ਰੋਂਦੀ ਰੋਂਦੀ ਆਂਦੀ ਸੀ ਵੀ ਇਹ ਨੂੰ ਰੋਂਦੇ ਨੂੰ ਵੇਖ ਕੇ ਵੀ ਹਾਏ ਪਤਾ ਨਹੀਂ ਕਦੋਂ ਚੁੱਪ ਹੋਏਗਾ ਪਰ ਮੈਡਮ ਕਹਿੰਦੇ ਸੀ ਤੁਸੀਂ ਜਾਣੇ ਉਸ ਤੋਂ ਬਾਅਦ ਬਿਲਕੁਲ ਸਹੀ ਹੋ ਜਾਂਦਾ ਹੈ ਤੁਸੀਂ ਨਾ ਜਿਓ ਖਾ ਕਰਿਆ ਕਰੋ ਤੇ ਮੰਮੀ ਨੇ ਜਦੋਂ ਮੇਰੇ ਮੰਮੀ ਨੇ ਸਮਝਾਇਆ ਤੇ ਉਦੋਂ ਬਿਲਕੁਲ ਸਹੀ ਚੱਲਿਆ ਉਸ ਤੋਂ ਬਾਅਦ ਤਾਂ ਕੋਈ ਇਹਨੇ ਤੰਗ ਨਹੀਂ ਕੀਤਾ ਨਾ ਕੋਈ ਸ਼ਰਾਰਤ ਨਾ ਕੁਝ ਨਾ ਕੋਈ ਉਲੰਭਾ ਕਿਤੇ ਲਿਆਂਦਾ ਬਿਲਕੁਲ ਸਹੀ ਰਿਹਾ ਫਿਰ ਉਸ ਤੋਂ ਸਭ ਤੋਂ ਜ਼ਿਆਦਾ ਮੈਨੇ ਖਾਈ ਹੈ ਨਾ ਨਹੀਂ ਮਾਰ ਖਾਦੀ ਭੈਣ ਤੇ ਭਰਾ ਕੋਲ ਜ਼ਿਆਦਾ ਮੈਂ ਤਾਂ ਘੱਟ ਮਾਰਦੀ ਸੀ ਹਾਂ ਪ੍ਰੈਸ ਲਗਾਉਂਦੇ ਸਨ ਉਹ ਨਹੀਂ ਉਹ ਤਾਂ ਪ੍ਰੈਸ ਮਾਰੀ ਜੀ ਲਾਂਦੀ ਸੀ ਗਰਮ ਪ੍ਰੈਸ ਲਗਾ ਦਿੰਦੇ ਤੇ ਗਰਮ ਜਾ ਵੋ ਜ ਐਸੇ ਤਾਂ ਘਰਾਪ ਗਰਮ ਪ੍ਰੈਸ ਯਾਂ ਲਗਾਈ ਦੇ ਨਾ ਹੱਥ ਮੇਂ ਉਹ ਤਾਂ ਫਿਰ ਐਵੇਂ ਸੀ ਮੈਂ ਮਾਰਦੀ ਘੱਟ ਜੀ ਮੈਂ ਕਹੇ ਬਿਲ ਆ ਲਾਵਾਂਗੀ ਇਹ ਟਿਕਦਾ ਨਹੀਂ ਸੀਗਾ ਚਿਮਟਾ ਵੀ ਲਗਾ ਕੇ ਗਰਮ ਗਰਮ ਜੇ ਮੈਂ ਕਿਚਨ ਚ ਖੜੀ ਹੁੰਦੀ ਤਾਂ ਗੈਸ ਤੇ ਚਿਮਟਾ ਗਰਮ ਕੀਤਾ ਆ ਮਨਨਾ ਕਹਿਣਾ ਕਰਨੀ

पंजाब जीत गई पंजाब जीत चुकी है बताइए तो आज की वीडियो ये समाप्त करते हैं मिलते हैं अगली वीडियो में चैनल को सब्सक्राइब कर दो लाइक कर दो शेयर कर दो बाय बाय गाइस ज्यादा ज्यादा प्यार भी दे दो नितिन को ज्यादा से ज्यादा बाय बाय